सत श्री अकाल जी, स्वागत करदे आ नवें ब्लॉग दे विच। अज आपां पहुंचे आ शहर धूरी अपने भरा दे रेस्टोरेंट ओपनिंग ते। साढ़े बापू जी हुण रीवन कट रहे आ, वीरे दे दादा जी, दादे अते पोतली दोनां लई उह प्राउड दी मूवमेंट आ जी। सारी फैमिली बहुत ज़्यादा खुश आ, केक कट्टिया जा रहा। रेस्टोरेंट दा नाम आ जी द फार्म हाउस इटरी, बहुत वधिया लोकेशन ते आ धूरी दे विच। बाकी गलबात आपां वीरे नाल करदे आ। ले भी मित्रों, अज ही ओपनिंग की है रेस्टोरेंट की, बाई नाल आपां गलबात भी करते हैं उरे की कुछ आपां नूं खाण नूं मिलेगा ते केड़ी लोकेशन है ये। सत श्री अकाल वीरे। सत श्री अकाल वीरे, हो ठीक हो? हाँ जी। सब तो पहला तो मुबारकां तुहानूं। तुहानूं वीरे बहुत बहुत। तो अपने सारे वीरे अंदर पहुंचे है ना, सारे का आपां धन्नवाद करते हैं। तो डायरैक्ट लोकेशन की है अपनी उरे? ये अपना नियर एस डी स्कूल पाठशाला रोड वजदा है धूरी का। हाँ जी हाँ जी, इतों पावन गुप्ता राटर की लोकेशन तो सब इतने नौन ने। ਤੇ ਆਪਾਂ ਨੂੰ ਬਹੁਤ ਚੀਜ਼ਾਂ ਮਿਲ ਜਾਣਗੀਆਂ ਬਾਈ। ਆਪਣੀ ਨਿਊ ਫਾਰਮ ਲਾਈ ਆਪਾਂ ਨੇ ਵੀਰੇ, ਐਡੀ ਦੂਰੋਂ ਚੱਲ ਕੇ ਆਪਣੀ ਰਿਕੁਐਸਟ ਤੇ ਪਹਿਲਾਂ ਤਾਂ ਬਾਈ ਦਾ ਬਹੁਤ ਬਹੁਤ ਧੰਨਵਾਦ ਵੀਰੇ। ਸ਼ੁਕਰੀਆ ਜੀ, ਸ਼ੁਕਰੀਆ। ਤੇ ਵੀਰੇ ਆਪਾਂ ਨੂੰ ਆਪਣੀ ਆਪਦੀ ਖੁਦ ਦੀ ਫਰੈਂਚਾਈਜ਼ ਦਾ, ਇਹਦੇ ਵਿੱਚ ਆਪਾਂ ਨੂੰ ਪੀਜ਼ਾ ਬਰਗਰ ਦੇ ਵਿੱਚ ਬਹੁਤ ਆਪਸ਼ਨਾਂ ਮਿਲ ਜਾਣਗੀਆਂ ਆਪਣੇ ਲਵੇ। ਨਿਊ 6 ਰੈਸਪੀਸ ਨੇ ਜਿਹੜੇ ਧੂਰੀ 'ਚ ਅਵੇਲੇਬਲ ਹੈ ਨਹੀਂ। ਤੇ ਵੀਰੇ ਆਪਣੇ ਲਵੇ 'ਚ ਮਜੀਟੋ ਸ਼ੇਕ ਵਗੈਰਾ, ਰੈਪ ਵਗੈਰਾ, ਕੈਪੇਚੀਨੋ ਵੀ ਐਡ ਕਰੀਏ ਜੀ ਆਪਣੇ। ਅਤੇ ਐਡੀਸ਼ਨਲ ਚੀਜ਼ਾਂ ਆਪਣੇ 5 ਦਿਨ ਔਫਰ ਲਾਈਏ ਵੀਰੇ, ਜ਼ਰੂਰ ਇੱਕ ਵਾਰ ਆ ਕੇ ਜਾਵੇ ਮੇਰਾ ਭਰਾ। ਬਾਕੀ ਆਪਾਂ ਨੂੰ ਬਾਈ ਪੁੱਛੂਗਾ, ਸਮਾਰਕ ਆਪਾਂ ਦੱਸਾਂਗੇ ਵੀਰੇ। ਅਤੇ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਹੁਣ, ਜਿਵੇਂ ਤੁਹਾਨੂੰ ਵੀਰੇ ਨੇ ਸਾਰਾ ਕੁਛ ਦੱਸਿਆ ਅਤੇ ਤੁਹਾਨੂੰ ਮੈਨਿਊ ਦੀ ਫੋਟੋ ਵੀ ਪਾਵਾਂਗੇ ਆਪਾਂ। ਮੈਨਿਊ ਬਣ ਗਿਆ ਸਰ? ਹਾਂਜੀ ਹਾਂਜੀ। ਅਤੇ ਤੁਹਾਨੂੰ ਫੋਟੋ ਪਾਵਾਂਗੇ ਜੀ। ਅਤੇ ਵੀਰੇ ਜਿਹੜਾ ਆਪਣਾ ਨਾਮ ਰੱਖਿਆ ਦ ਫਾਰਮ ਹਾਊਸ ਐਟਰੀ ਹੈ ਨਾ, ਹਾਂਜੀ, ਇਹ ਕਿੱਥੋਂ ਪਲੈਨ ਆਇਆ ਵੀ ਆਪਾਂ ਕਿਵੇਂ ਨਾਮ ਰੱਖਿਆ, ਇਹ ਕੀ ਸੋਚਿਆ? ਇਹ ਬਾਈ ਮਤਲਬ ਜਿਵੇਂ ਆਪਣੇ ਜਿੰਨੇ ਦਿਮਾਗ 'ਚ ਨਾਮ ਆ ਜਾਂਦੇ ਨੇ ਨੋਰਮਲੀ, ਵੀ ਆਹ ਯੂਨੀਕ ਜਿਹਾ ਨਾਮ ਆ, ਯੂਨੀਕ ਜਿਹਾ, ਉਹ ਸਾਰੇ ਰਜਿਸਟਰ ਹੁੰਦੇ ਨੇ ਅਬ ਜਨੀ। ਕੱਲ੍ਹ ਨੂੰ ਆਪਾਂ ਨੂੰ ਉਹ 'ਤੇ ਚੈਲੇਂਜ ਜਾਂ ਕੰਪਲੇਨ ਪੈ ਜਾਂਦੀ ਆ ਟ੍ਰੇਡਮਾਰਕ ਵਿੱਚ। ਓਕੇ। ਅਤੇ ਆਪਾਂ ਨੇ ਇਹ ਪਰਮਾਤਮਾ ਨੇ ਆਪਦੇ ਦਿਮਾਗ ਆਪੇ ਦਿਮਾਗ 'ਚ ਲਿਆਤਾ ਬਾਈ, ਅਤੇ ਇਹ ਕਿਸੇ ਲਵੇ ਵਰਲਡ ਵਾਈਡ ਹਾਈ ਨਹੀਂ ਸੀ ਬਾਈ। ਓਕੇ। ਅਤੇ ਆਪਾਂ ਨੇ ਰਜਿਸਟਰ ਜਿਹੜਾ ਅੰਦਰੋਂ ਮੋਡੀਫਾਈ ਕਰਿਆ, ਇਹ ਆਪ ਰੀਜਾਂ ਲਾ ਕੇ ਕਰਾਇਆ? ਹਾਂਜੀ, ਬਹੁਤ ਆਪਣਾ ਜੀ ਪਹਿਲਾਂ ਸੀਗਾ? ਨਹੀਂ ਨਹੀਂ ਜੀ, ਆਪਣੇ ਸਾਰਾ ਹੀ ਰੈਨੋਵੇਸ਼ਨ ਕਰੇ ਜੀ ਟੂ। ਤੁਸੀਂ ਆਪ ਕਰੇ? ਹਾਂਜੀ ਹਾਂਜੀ। ਅਤੇ ਇਦੋਂ ਪਹਿਲਾਂ ਕੀ ਕੰਮ ਕਰਦੇ ਸੀ ਆਪਾਂ? ਬਾਈ ਮੇਰਾ 1.5 ਸਾਲ ਦਾ ਐਕਸਪੀਰੀਅੰਸ ਹੈ ਲਾਈਨ 'ਚ। ਓਕੇ। ਹਾਂਜੀ, ਮੈਂ ਮਤਲਬ ਬਾਹਰ ਦੇ ਚੱਕਰ 'ਚ ਫਿਰਦਾ ਰਿਹਾ, ਮੈਂ ਮੈਰਿਡ ਹਾਂ ਵੀਰੇ ਜੀ, ਅਤੇ ਮੇਰਾ ਬਣਿਆ ਨਹੀਂ ਬਾਹਰ ਦਾ, ਫਿਰ ਮੈਂ ਇਹ ਚੀਜ਼ 'ਚ ਇਨਵੈਸਟ ਕਰਨ ਦੀ ਸੋਚੀ। ਠੀਕ ਹੈ, ਪਹਿਲਾਂ ਤੋਂ ਡ੍ਰੀਮ ਸੀਗਾ ਯਾਨੀ? ਹਾਂਜੀ ਹਾਂਜੀ। ਠੀਕ ਹੈ ਵੀਰੇ, ਅਤੇ ਅੱਜ ਘਰ ਦੇ ਵੀ ਪੂਰੇ ਖੁਸ਼ ਨੇ ਹੈ ਨਾ? ਹਾਂਜੀ ਪੂਰੇ। ਅਤੇ ਬਾਪੂ ਦੀ ਪੂਰੀ ਸਪੋਰਟ ਰਹੀ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਜੇ ਮੇਰੇ ਨਾਲ ਡੈਡੀ ਨਹੀਂ ਸੀ ਜੀ, ਦਾਦਾ ਜੀ ਨੇ ਮੈਨੂੰ ਇੰਨਾ ਕੁ ਜ਼ਿਆਦਾ ਮਤਲਬ ਖੁੱਲ੍ਹ ਦਿੱਤੀ ਸੀ, ਸਪੋਰਟ ਪੂਰੀ ਕੀਤੀ। ਆਪਾਂ ਖੁੱਲ੍ਹ ਦਾ ਫਾਇਦਾ ਵੀ ਨਹੀਂ ਚੱਕਿਆ ਬਾਈ। ਠੀਕ ਹੈ ਬਾਈ, ਅਤੇ ਆ ਜਾਓ ਜੀ, ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਆਪਾਂ, ਅਤੇ ਸ਼ੈਫ ਵਗੈਰਾ ਸਾਰੇ ਆਪਾਂ ਰੱਖ ਲਿਆ ਹੈ। ਹਾਂਜੀ, ਸਟਾਫ ਕੰਪਲੀਟ ਆ ਵੀਰੇ। ਅਤੇ ਦਿਖਾ ਦੇਣਾ ਵੀ ਅੰਦਰੋਂ ਵੀਰੇ ਸਾਰੀ ਲੋਕੇਸ਼ਨ। ਹਾਂਜੀ ਵੀਰੇ ਨੇ ਬਹੁਤ ਵਧੀਆ ਇੰਟੀਰੀਅਰ ਕਰਵਾਇਆ ਹੋਇਆ ਅੰਦਰੋਂ, ਡਾਈਨਿੰਗ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ। ਚਲੋ ਹੁਣ ਆਪਾਂ ਟੇਸਟ ਕਰਦੇ ਹਾਂ ਰੈਸਟੋਰੈਂਟ ਦਾ ਪਹਿਲਾ ਫੂਡ, ਪੀਜ਼ਾ। ਪੀਜ਼ੇ ਦਾ ਟੇਸਟ ਬਹੁਤ ਵਧੀਆ ਲੱਗਿਆ, ਪ੍ਰੈਜੈਂਟੇਸ਼ਨ ਬਹੁਤ ਵਧੀਆ ਕੀਤੀ ਹੋਈ ਹੈ ਜੀ ਇਹਨਾਂ ਨੇ। ਹੁਣ ਮੈਂ ਖੁਦ ਟੇਸਟ ਕੀਤਾ ਫੂਡ, ਤਾਂ ਮੈਂ ਤੁਹਾਨੂੰ ਤਸੱਲੀ ਨਾਲ ਕਹਿ ਸਕਦਾ ਵੀ ਵੀਰੇ ਨੇ ਕੁਆਲਿਟੀ ਪੂਰੀ ਬੈਸਟ ਰੱਖੀ ਆ। ਤੁਸੀਂ ਇੱਕ ਵਾਰੀ ਜ਼ਰੂਰ ਆਓ, ਵਿਜ਼ਿਟ ਕਰੋ। ਅਤੇ ਆ ਰਿਹਾ ਜੀ ਮੈਨਿਊ, ਜੇ ਤੁਸੀਂ ਆਓਗੇ ਤਾਂ ਮੈਨਿਊ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕੌਂਬੋ ਅਤੇ ਔਫਰਸ ਮਿਲਣਗੇ। ਹਾਂਜੀ ਬਾਈ, ਸ੍ਰੀ ਅਕਾਲ। ਆਪਣੇ ਧੂਰੀ ਆਪਣੇ ਭਰਾਵਾਂ ਨੇ ਦ ਫਾਰਮ ਹਾਊਸ ਈਟਰੀ ਪਹਿਲਾ ਫਰੈਂਚਾਈਜ਼ੀ ਖੋਲ੍ਹੀ ਆ, ਅਤੇ ਬਾਈ ਹੁਣਾਂ ਨੇ ਇੱਕ ਕੰਪਨੀ ਉਹ ਲਾਈ ਆ ਫੂਡ ਵਾਲੀ, ਅਤੇ ਬਹੁਤ ਘੈਂਟ ਫੂਡ ਪੁਆਇੰਟ ਆ ਧੂਰੀ ਪਾਠਸ਼ਾਲਾ ਰੋਡ ਦੇ ਉੱਤੇ। ਬਾਈ ਹੁਣਾਂ ਨੇ ਪਹਿਲਾ ਫੂਡ ਪੁਆਇੰਟ ਬਣਾਇਆ, ਅਤੇ ਸਾਰੇ ਭਰਾ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ, ਬਹੁਤ ਘੈਂਟ ਫੂਡ ਆਪਣੇ ਭਰਾਵਾਂ ਦਾ, ਇੱਕ ਵਾਰ ਜ਼ਰੂਰ ਆਇਓ। ਧੰਨਵਾਦ। ਹਾਂਜੀ, ਮੈਂ ਫਿਰ ਤੋਂ ਕਹਿਣਾ ਧੂਰੀ ਇਲਾਕੇ ਦੇ ਲੋਕ ਭੁੱਲਿਓ ਨਾ ਵਿਜ਼ਿਟ ਕਰਨਾ, ਤੁਹਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਰੈਸਟੋਰੈਂਟ ਓਪਨ ਹੋਇਆ ਦਾ ਫਾਰਮ ਹਾਊਸ ਏਟਰੀ। ਧੰਨਵਾਦ ਜੀ, ਮਿਲਦੇ ਹਾਂ ਆਪਾਂ ਅਗਲੇ ਵਲੌਗ ਦੇ ਵਿੱਚ।